ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਲਗਾਤਾਰ ਸ਼ਹੀਦ ਬਾਬਾ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਦੀ ਯਾਦ ਦੇ ਵਿੱਚ ਜੋ ਸਾਲਾਨਾ ਲੰਗਰ ਢਲਾਲ ਨਗਰ ਨਿਵਾਸੀ ਸੰਗਤਾਂ ਵੱਲੋਂ ਲਗਾਇਆ ਜਾਂਦਾ, ਇਹ ਸਾਲ ਵੀ ਪੂਰੇ ਨਗਰ ਦੇ ਸਹਿਯੋਗ ਦੇ ਨਾਲ ਸਤਿਕਾਰ ਦੇ ਨਾਲ ਢਲਾਲ ਟੋਲ ਪਲਾਜੇ ਦੇ ਬਿਲਕੁਲ ਨਾਲ ਜੋ ਇਹ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦਾਂ ਨੂੰ ਸਮਰਪਿਤ ਹੈ ਲੰਗਰ ਹੈ। ਜਿਹੜੀਆਂ ਵੀ ਸੰਗਤਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਨ ਸ਼ਹੀਦਾਂ ਨੂੰ ਆਪਣਾ ਸਤਿਕਾਰ ਭੇਟ ਕਰਨ ਦੇ ਲਈ ਜਾਂਦੀਆਂ ਨੇ, ਉਹਨਾਂ ਸੰਗਤਾਂ ਦੇ ਆਉਣ ਅਤੇ ਜਾਣ ਵਾਲੀਆਂ ਸਮੂਹ ਸੰਗਤਾਂ ਦੇ ਲੰਗਰ ਦੀ ਪ੍ਰਬੰਧ ਹੈ ਜੋ ਕੀਤੇ ਗਏ ਨੇ। ਸੋ ਅਸੀਂ ਇਲਾਕੇ ਵੱਲੋਂ ਢਲਾਲ ਨਗਰ ਦੀਆਂ ਸੰਗਤਾਂ ਵੱਲੋਂ ਸਾਰੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਲਗਾਤਾਰ 15-16 ਸਾਲ ਤੋਂ ਇਸ ਲੰਗਰ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾਉਂਦੇ ਨੇ। ਸਾਰੀਆਂ ਸੰਗਤਾਂ ਦਾ ਹੀ ਪਠਾਨਕੋਟ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਆਪਾਂ ਪਹਿਲਾਂ ਨਗਰ ਕੀਰਤਨ ਦੀ ਗੱਲ ਕੀਤੀ ਸੀਗੀ ਜੀ, ਹੁਣ ਆਪਾਂ ਰਾਤ ਦਾ ਟਾਈਮ ਆ, ਤਕਰੀਬਨ 9 ਵੱਜ ਗਏ। ਜਿਹੜਾ ਅਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਤੁਰਿਆ ਹੋਇਆ ਨਾ, ਉਹ ਆਪਣੇ ਪਿੰਡ ਪਹੁੰਚ ਚੁੱਕਿਆ। ਅਤੇ ਬਹੁਤ ਹੀ ਵੱਡੀ ਮਤਲਬ ਸੰਖਿਆ ਦੇ ਵਿੱਚ ਹੁੰਦਾ ਨਗਰ ਕੀਰਤਨ ਇਹ, ਅਤੇ ਜਿਹਦੇ ਵਿੱਚ ਕਾਫੀ ਜਿਵੇਂ ਹਾਥੀ ਘੋੜੇ ਇੱਦਾਂ ਕਾਫੀ ਕੁਛ ਹੁੰਦਾ ਇਨਕਲੂਡਿਡ। ਆਪਾਂ ਉੱਧਰ ਜਾ ਰਹੇ ਹਾਂ, ਹੁਣ ਤੁਹਾਨੂੰ ਦਿਖਾਉਂਦੇ ਹਾਂ। ਆਪਣੇ ਪਿੰਡ ਦਾ ਚੌਂਕ ਆ ਜੀ, ਇੱਥੇ ਸਾਰੀ ਸੰਗਤ ਬੈਠੀ ਆ, ਵੇਟ ਕਰ ਰਹੀ ਆ ਉਹਨਾਂ ਦੀ। ਉਠ ਕਿਵੇਂ ਸ਼ਿੰਗਾਰਿਆ? ਹਾਂਜੀ, ਪਿੱਛੇ ਪਿੱਛੇ ਘੋੜੇ ਆ, ਇਹ ਮੱਥਾ ਟਿਕਾਉਣਾ ਦਰਸ਼ਨ ਪਾਤਸ਼ਾਹੀ ਦੇ। ਲਓ ਜੀ, ਅਸੀਂ ਥੋੜ੍ਹੇ ਜਿਹੇ ਘੋੜੇ ਪਾਲ ਕੇ ਲੰਘੀਆਂ ਸੀਗੀਆਂ, ਉਦੋਂ ਬਾਅਦ 'ਚ ਆ ਹੀ ਗਏ ਮੇਨ ਰੋਡ 'ਤੇ ਪਹੁੰਚ ਗਏ। ਆਪਾਂ ਹੁਣ ਤੁਹਾਨੂੰ ਇੱਥੋਂ ਵੀ ਸੰਗਤ ਦੇ ਦਰਸ਼ਨ ਕਰਾਉਂਦੇ ਹਾਂ। ਮਾਇਆ ਬੜੀ ਆ ਉਹਦੇ ਕੋਲ, ਇਹ ਪੈਰੋ ਟੋਟ ਮਾਲੇ ਮੋਹਰਾਂ ਦੇਣੀਆਂ ਪ੍ਰਵਾਨ ਕਰਨੀਆਂ, ਠੀਕ ਆ ਕਹਿੰਦਾ ਮੈਨੂੰ ਮੋਹਰਾਂ ਦੇਣੀਆਂ ਪ੍ਰਵਾਨ ਹੈ, ਪਰ ਮੈਨੂੰ ਆ ਗਿਆ ਮਿਲ ਗਿਆ। ਸੁੱਚਾ ਆਨੰਦ ਨੇ ਨਾਲ ਸਲਾਹ ਕਰਤੀ, ਘਰੇ ਚਲਾ ਗਿਆ ਟੋਟ ਮੱਲ।
ਸਾਹਮਣੇ ਟੋਲ ਰੋਡ ਆਈ ਜਿੱਥੇ ਆਪਾਂ ਖੜੇ ਆ ਪਰ ਦੇਖੋ ਬੜਾ ਸ਼ਰਧਾ ਦਾ ਟਾਈਮ ਹੁੰਦਾ ਹਰੇਕ ਲੋਕ ਬੜੀ ਸ਼ਰਧਾ ਦੇ ਨਾਲ ਨਾ ਆਪਣੇ ਆਪ ਜਿਵੇਂ ਰਾਸਤੇ ਵੀ ਚੇਂਜ ਕਰ ਲੈਂਦੇ ਆ ਕੋਈ ਰਸ਼ ਨਹੀਂ ਕਰ ਰਿਹਾ ਗੱਡੀਆਂ ਆਰਾਮ ਨਾਲ ਨਿਕਲ ਰਹੀਆਂ ਸਾਰੇ ਪਾਸਿਓਂ ਤੇ ਇੱਥੇ ਤਕਰੀਬਨ 700-800 ਤੋਂ 1000 ਤੱਕ ਸੰਗਤ ਹੈਗੀ ਹੈ ਇਸ ਟਾਈਮ ਇੱਥੇ ਅਰਮਾਨ ਕਹਿੰਦਾ ਮੇਰਾ ਦਿਲ ਕਰਦਾ ਵੀ ਮੈਂ ਨਾਲ ਜਾਵਾਂ ਨਗਰ ਕੀਰਤਨ ਦੇ ਨਾਲ ਤੁਰਾਂ ਤਾਂ ਮੈਂ ਉਹਨੂੰ ਇਹ ਸਮਝਾ ਰਿਹਾ ਸੀ ਮੈਂ ਕਿਹਾ ਪੁੱਤ ਵੀ ਇਸ ਟਾਈਮ ਵੀ ਜਿਵੇਂ ਆਪਾਂ ਉਹ ਟੋਲ ਰੋਡ ਤੋਂ ਇੱਥੇ ਤੱਕ ਚੌਂਕ ਤੱਕ ਆਏ ਹਾਂ ਤਾਂ ਆਪਾਂ ਉਹਦਾ ਪਾਰਟ ਹੀ ਬਣ ਗਏ ਇੱਕ ਨਾ ਨਗਰ ਕੀਰਤਨ ਦਾ ਆਪਾਂ ਚਾਹੇ ਅੱਧਾ ਕਿਲੋਮੀਟਰ ਆਏ ਹਾਂ ਪੁੱਤ ਪਰ ਆਪਾਂ ਉਹਦਾ ਹਿੱਸਾ ਵਾਂ ਇੱਕ ਘਰੋਂ ਆ ਕੇ ਨਾ ਇੱਥੇ ਤੱਕ ਆ ਕੇ ਰੱਬ ਨੇ ਬੁਲਾਇਆ ਆਪਾਂ ਨੂੰ ਤਾਂ ਆਪਾਂ ਇੱਕ ਪਾਰਟ ਬਣ ਚੁੱਕੇ ਹਾਂ ਆਲਰੇਡੀ ਇਹਦਾ ਕੋਈ ਜ਼ਰੂਰੀ ਨਹੀਂ ਵੀ ਸਾਰਾ ਹੀ ਆਪਾਂ ਕਵਰ ਕਰਨਾ ਥੋੜ੍ਹਾ ਥੋੜ੍ਹਾ ਵੀ ਕਰ ਸਕਦੇ ਹਾਂ ਨਹੀਂ ਦੇਖ ਲਿਆ ਨਗਰ ਕੀਰਤਨ ਫਿਰ ਵਧੀਆ ਲੱਗਿਆ ਨਾ ਵਧੀਆ ਹੋਇਆ ਨਾ ਤੁਸੀਂ ਆ ਗਏ ਮੈਂ ਕਿਹਾ ਸੰਗਤ ਸਾਰੀ ਚਲੇਗੀ ਚਲੋ ਇੱਕ ਮਿੰਟ ਦੇ ਵਿੱਚ ਵਿੱਚ ਤਕਰੀਬਨ ਰਾਤ ਦੇ 11 ਵੱਜ ਗਏ ਪਰ ਬੜਾ ਵਧੀਆ ਲੱਗਿਆ ਨਗਰ ਕੀਰਤਨ ਦੇਖ ਕੇ ਸਾਰੇ ਹਨਾ ਕੋਈ ਕਾਲੀ ਨਹੀਂ ਕੋਈ ਰਸ਼ ਨਹੀਂ ਤਰ੍ਹਾਂ ਦਾ ਨਗਰ ਕੀਰਤਨ ਬੜਾ ਵਧੀਆ ਲੱਗਿਆ ਤੇ ਚਲੋ ਬਹਾਨੇ ਨਾਲ ਅਸੀਂ ਵੀ ਹਿੱਸਾ ਬਣ ਗਿਆ ਨਾ ਇੱਥੇ ਆਏ ਹੋਏ ਸੀਗੇ ਟਾਈਮ ਤੇ